ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਆ? ਆਸ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ। ਅਤੇ ਅੱਜ ਆਪਾਂ ਹਾਜ਼ਰ ਹਾਂ ਫੇਸ ਟੂ ਫੇਸ ਲੈ ਕੇ ਵੀਡੀਓ ਤੁਹਾਡੇ ਵਾਸਤੇ। ਵੀਡੀਓ ਕਾਹਦੀ? ਅੱਜ ਲਾਈਵ ਹੋਣ ਦਾ ਟਾਈਮ ਨਹੀਂ ਲੱਗਣਾ ਕਿਉਂਕਿ ਬਾਹਰ ਜਾਣਾ ਕਿਤੇ, ਇਸ ਕਰਕੇ ਅੱਜ ਆਪਣੇ ਤੋਂ ਲਾਈਵ ਨਹੀਂ ਆ ਜਾਣਾ। ਇਸ ਕਰਕੇ ਬਈ ਜਿਹੜੇ ਤੁਹਾਡੇ ਕਮੈਂਟਾਂ ਦੇ ਜਵਾਬ ਆ, ਜਿਹੜੇ ਸਵਾਲ ਪੁੱਛੇ ਆਪਾਂ ਨੂੰ ਪਿਛਲੀਆਂ ਵੀਡੀਓ ਦੇ, ਅੱਜ ਉਹਨਾਂ ਦੇ ਦਿੰਦੇ ਹਾਂ ਜਵਾਬ। ਸਾਰੇ ਤੁਹਾਡੇ ਕਮੈਂਟਾਂ ਦੇ ਅੱਜ ਆਪਾਂ ਜਵਾਬ ਦਿੰਦੇ ਹਾਂ। ਅਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਿਓ ਕਿਉਂਕਿ ਕਮੈਂਟਾਂ ਦੇ ਵਿੱਚ ਜਿਹੜੀ ਸਾਰੀ ਜਾਣਕਾਰੀ ਆ ਜਾਂਦੀ ਹੈ, ਜਿਹੜੇ ਮੇਰੇ ਵੀਰ ਇਮੀਗ੍ਰੇਸ਼ਨ ਦੇ ਪੇਪਰਾਂ ਦੇ ਬਾਰੇ ਜਾਂ ਕੁਛ ਵੀ। ਅੱਜ ਕਿਉਂਕਿ ਇਹਦੇ 'ਚ ਖਬਰਾਂ ਨਹੀਂ ਆਉਣੀਆਂ ਹੁੰਦੀਆਂ, ਇੱਟਾਂ ਦੀਆਂ ਖਬਰਾਂ ਪੰਜਾਬੀ ਦੇ ਵਿੱਚ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਨਹੀਂ ਗਈਆਂ ਗਈਆਂ, ਸ਼ਾਮ ਨੂੰ ਵੇਖਾਂਗੇ ਜਦੋਂ ਖਬਰਾਂ ਦਾ ਟਾਈਮ ਲੱਗਿਆ ਤਾਂ। ਬਟ ਸੰਡੇ ਨੂੰ ਟਾਈਮ ਘੱਟ ਹੀ ਹੁੰਦਾ ਖਬਰਾਂ ਦਾ। ਅਤੇ ਬਾਕੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜਿਨ੍ਹਾਂ ਨੇ ਨਹੀਂ ਕੀਤਾ, ਅਤੇ ਜਿਨ੍ਹਾਂ ਨੇ ਕੀਤਾ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਕਮੈਂਟ ਪੜ੍ਹਦੇ ਹਾਂ ਦੋਸਤੋ, ਸਾਰਿਆਂ ਦੇ ਕਮੈਂਟ ਪੜ੍ਹਾਂਗੇ ਅਤੇ ਸ਼ੁਰੂ ਕਰਦੇ ਹਾਂ। ਪਿੰਦੂ ਚੀਜ਼ਾਰ ਮੇਰਾ ਵੀਰ ਆਪਣੇ ਨਾਲ ਗਰੁੱਪਾਂ ਦੇ ਵਿੱਚ ਵੀ ਹੈਗਾ ਐਡ, ਕਹਿੰਦਾ ਬ੍ਰਦਰ ਵੀ ਅਪੁਆਇੰਟਮੈਂਟ ਨਹੀਂ ਮਿਲਦੀ, ਕੋਈ ਸਲੂਸ਼ਨ? ਅਪੁਆਇੰਟਮੈਂਟ ਦੋਸਤੋ ਤੁਹਾਨੂੰ ਪਤਾ ਹੀ, ਅਪੁਆਇੰਟਮੈਂਟਾਂ ਸ਼ਨੀਵਾਰ ਖੁੱਲ੍ਹੀਆਂ ਸੀਗੀਆਂ, ਉਹ ਘੰਟਾ ਖੁੱਲ੍ਹੀਆਂ ਸੀਗੀਆਂ। ਇਹਨਾਂ ਦਾ ਕੋਈ ਟੈਕਨੀਕਲ ਪਾਰਟ ਸੀਗਾ, ਅਪੁਆਇੰਟਮੈਂਟ ਚੈੱਕ ਹੁੰਦੀਆਂ ਸੀਗੀਆਂ, ਪਰ ਜਦੋਂ ਪੇਮੈਂਟ ਹੋ ਜਾਂਦੀ ਸੀਗੀ ਉਸ ਤੋਂ ਬਾਅਦ ਪੇਮੈਂਟ ਵਾਪਸ ਆ ਜਾਂਦੀ ਸੀਗੀ। ਮਤਲਬ ਕਿ ਪੇਮੈਂਟ ਦੇ ਵਿੱਚ ਕੋਈ ਫਾਲਟ ਚੱਲ ਰਿਹਾ ਇਹਨਾਂ ਦਾ, ਜਿਹੜਾ ਕਿ ਹੋ ਸਕਦਾ ਸੋਮਵਾਰ ਨੂੰ ਫਿਰ ਇਹ ਅਪੁਆਇੰਟਮੈਂਟਾਂ ਖੁੱਲ੍ਹ ਜਾਣ। ਅਪੁਆਇੰਟਮੈਂਟਾਂ ਚੱਕੀਆਂ ਗਈਆਂ ਸੀਗੀਆਂ ਸ਼ਨੀ ਸ਼ੁੱਕਰਵਾਰ, ਅਤੇ ਉਸ ਤੋਂ ਬਾਅਦ ਵਾਪਸ ਆ ਗਈ ਸੀ ਪੇਮੈਂਟ। ਅਪੁਆਇੰਟਮੈਂਟਾਂ ਆਪਾਂ ਕਹਿ ਸਕਦੇ ਵੀ ਸਫਲ ਨਹੀਂ ਹੋਈਆਂ ਸੀਗੀਆਂ, ਅਤੇ ਸੋਮਵਾਰ ਨੂੰ ਵੇਖਦੇ ਹਾਂ ਵੀ ਇਹਨਾਂ ਦਾ ਕੋਈ ਜਿਹੜਾ ਨੁਕਸਾ ਇਹ ਕੱਢ ਕੇ ਫਿਰ ਚਲਾਉਂਦੇ ਅਪੁਆਇੰਟਮੈਂਟਾਂ ਖੋਲ੍ਹਦੇ ਆ ਕਿ ਨਹੀਂ। ਅਤੇ ਅੱਗੇ ਨੂਲੇ ਉਸ 'ਤੇ ਅਪਡੇਟ ਨਹੀਂ ਹੈ। ਪ੍ਰਦੀਪ ਕੁਮਾਰ ਵੀਰ ਪੁੱਛਿਆ ਨੂਲੇ ਉਸ 'ਤੇ ਅਪਡੇਟ ਨਹੀਂ, ਇਹਦੇ ਬਾਰੇ ਦੱਸਿਓ ਭਾਅ ਜੀ, ਕੋਈ ਵੀਡੀਓ ਬਣਾਇਓ। ਵੀਰੇ ਨੂਲੇ ਉਸ 'ਤੇ ਅਪਡੇਟ ਤੁਹਾਨੂੰ ਕਰਵਾਉਣੇ ਪੈਣੇ ਆ, ਜਿਹਦੇ ਅਪਡੇਟ ਸ਼ੋ ਨਹੀਂ ਹੁੰਦੇ। ਅੰਬੈਸੀ ਨੂੰ ਮੇਲਾਂ ਕਰਦੇ ਰਹੋ, ਠੀਕ ਆ, ਅਪਡੇਟ ਖੁਦ ਸ਼ੋ ਹੋਣਗੇ। ਜੇ ਫਿਰ ਵੀ ਨਹੀਂ ਹੁੰਦੇ ਫਿਰ ਪਿੱਛੇ ਜਿਹਦਾ ਪੇਪਰ ਕਢਵਾਏ ਆ ਤੁਸੀਂ ਉਹਨਾਂ ਦੇ ਨਾਲ ਕੰਟੈਕਟ ਕਰੋ, ਉਹਨਾਂ ਨੂੰ ਕਹਿ ਵੀ ਪਰਫਾਤੂਰੇ ਜਾ ਕੇ ਦੁਬਾਰਾ ਮੇਲ ਕਰਵਾਉਣ ਪਰਫਾਤੂਰੇ ਤੋਂ ਅੰਬੈਸੀ ਨੂੰ, ਤਾਂ ਕਿ ਦੱਸਿਓ ਵੀ ਅਪਡੇਟ ਸ਼ੋ ਨਹੀਂ ਹੋ ਰਹੇ, ਦੁਬਾਰਾ ਪਰਫਾਤੂਰਾ ਮੇਲ ਕਰ ਦੂਗਾ। ਅਤੇ ਅੱਗੇ ਗੁਰਵਿੰਦਰ ਔਲਖ, ਨਾਈਸ ਵੀਡੀਓ, ਥੈਂਕ ਯੂ ਗੁਰਵਿੰਦਰ ਵੀਰੇ। ਅੱਗੇ ਪੀ ਵੀ 32 ਪਿੰਡਾਂ ਵਾਲੇ ਭਾਅ ਜੀ, ਤਰ੍ਹਾਂ ਤੋਂ ਇਟਲੀ ਦੇ ਵਿੱਚ ਕੰਮ ਦੀ ਲੋੜ ਆ ਵੀਰ ਜੀ, ਕੋਈ ਹੋਵੇ ਤਾਂ ਦੱਸਿਓ। ਤਰ੍ਹਾਂ ਤੋਂ ਕੰਮ ਵੀਰੇ ਜਦੋਂ ਆਪਣੇ ਕੋਈ ਕੰਮ ਨਿਕਲਦੇ ਹੁੰਦੇ ਨਾ, ਕੋਈ ਨਾ ਕੋਈ ਕੱਚੇ ਬੰਦਿਆਂ ਵਾਸਤੇ ਵੀ ਨਿਕਲਦੇ ਹੁੰਦੇ, ਪੱਕਿਆਂ ਵਾਸਤੇ ਵੀ ਨਿਕਲਦੇ ਹੁੰਦੇ, ਜਦੋਂ ਆਪਾਂ ਉਦੋਂ ਆਪਾਂ ਵੀਡੀਓ 'ਚ ਸ਼ੇਅਰ ਕਰ ਦਿੰਦੇ ਹੁੰਦੇ, ਉਹਦੇ ਕੰਟੈਕਟ ਕਰ ਲਿਆ ਕਰੋ, ਕਿਉਂਕਿ ਕੰਮ ਇੱਕ ਹੁੰਦਾ ਬੰਦੇ ਬਾਹਲੇ ਕੰਟੈਕਟ ਕਰਕੇ, ਫਿਰ 10 ਮਿੰਟਾਂ ਦੇ ਵਿੱਚ ਹੀ ਕੰਮ ਫੜ ਲੈਂਦੇ ਆ ਬੰਦੇ, ਛੱਡਦੇ ਨਹੀਂਗੇ। ਅਤੇ ਜਦੋਂ ਕੋਈ ਕੰਮ ਹੋਇਆ ਤਾਂ ਜ਼ਰੂਰ ਦੱਸਾਂਗੇ। ਅੱਗੇ ਖੁਸ਼ ਢਿੱਲੋਂ ਭਾਅ ਜੀ, ਆਪਣੀ ID ਜਾਂ ਕੋਈ ਨੰਬਰ ਵੀ ਆਪਣੀਆਂ ਪੁਰਾਣੀਆਂ ਵੀਡੀਓ ਦੇ ਵਿੱਚ ਹੈਗੇ ਆਪਣਾ ਕੰਟੈਕਟ ਨੰਬਰ, ਤੁਸੀਂ ਉੱਥੋਂ ਚੱਕ ਸਕਦੇ ਹੋ। ਓਨਲੀ ਮੈਸੇਜ ਕਰਿਓ, ਆਪਣਾ ਵਟਸਐਪ ਨੰਬਰ ਹੁੰਦਾ ਉਹਦੇ ਵਿੱਚ ਸ਼ੋ ਕੀਤਾ, ਓਨਲੀ ਵੋਇਸ ਮੈਸੇਜ ਜਾਂ ਮੈਸੇਜ ਕਰਿਓ, ਕਾਲ ਨਾ ਕਰਿਓ, ਕਾਲ ਮੈਂ ਅਟੈਂਡ ਨਹੀਂ ਕਰ ਸਕਦਾ ਗਾ। ਜਸਪ੍ਰੀਤ, ਗੁਰਪ੍ਰੀਤ ਵੀ ਸਤਿ ਸ਼੍ਰੀ ਅਕਾਲ। ਅੱਗੇ ਲਾਈਫ ਐਕਸਪੀਰੀਅੰਸ, ਅੱਗੇ ਫਿਰ ਇੱਕ ਭੈਣ ਕੌਰ, ਖਾਲਸਾ ਰਾਜ, ਯਾਦਵਿੰਦਰ ਪਾਠ, ਮਨੀਸ਼ ਦਾਊਲ, ਗੌਰਵ ਸੁਖਰਾਜ, ਅਮਰੀਕ, ਅੰਕੁਸ਼ ਕੁਮਾਰ ਸਿੰਗਲਾ। ਮਤਲਬ ਡੋਂਕੀ ਵਾਲਾ ਬੰਦਾ ਇਟਲੀ 'ਚ ਪੱਕਾ ਹੋ ਸਕਦਾ ਕਿ ਨਹੀਂ, ਜਦੋਂ ਪੱਕੇ ਪੇਪਰ ਉੱਪਰ ਹੁੰਦਾ ਇਟਲੀ 'ਚ। ਹਾਂ ਵੀਰੇ, ਪਤਾ ਕੀ ਆ, ਇਸ ਅੰਕੁਸ਼ ਵੀਰੇ ਵੀ ਡੋਂਕੀ ਵਾਲਾ ਬੰਦਾ ਪੱਕੇ ਹੋ ਜਾਂਦੇ, ਕੋਈ ਚੱਕਰ ਨਹੀਂ ਗਾ, ਟਾਈਮ ਲੱਗ ਜਾਂਦਾ, ਕਈ ਵਾਰੀ 2-2 ਸਾਲ, 3-3 ਸਾਲ ਲੱਗ ਜਾਂਦੇ ਜਦੋਂ ਇੱਥੋਂ ਵਾਲੇ ਬੰਦਿਆਂ ਵਾਸਤੇ ਸੈਨਾਤੋਰੀਆ ਖੁੱਲ੍ਹਦਾ, ਉਦੋਂ ਤੁਸੀਂ ਅਪਲਾਈ ਕਰ ਸਕਦੇ ਹੋ, ਉਦੋਂ ਬੰਦੇ ਪੱਕੇ ਹੋ ਜਾਂਦੇ, ਉਹ ਖੁੱਲ੍ਹੇ ਰਹਿੰਦਾ ਸੈਨਾਤੋਰੀਆ ਤਕਰੀਬਨ 2 ਜਾਂ 3 ਜਾਂ 4 ਸਾਲ ਬਾਅਦ ਖੁੱਲ੍ਹ ਜਾਂਦਾ। ਅਤੇ ਹੁਣ ਤਾਂ ਵੀ ਸੁਣਿਆ ਵੀ ਜਿਹੜੀ ਨਵੀਂ ਬਲੂਸੀ ਖੁੱਲ੍ਹਣੀ ਆ, ਹਜੇ ਨਵੀਂ ਸਰਕਾਰ ਜਦੋਂ ਬਣ ਗਈ ਅਤੇ ਉਸ ਦੇ ਵਿੱਚ ਵੀ ਕੋਟਾ ਇਹਨਾਂ ਨੇ ਰੱਖਣਾ ਵੀ ਜਿਹੜੇ ਇੱਥੇ ਕੱਚੇ ਬੰਦੇ ਆ ਉਹ ਆਪਣੇ ਮਾਲਕਾਂ ਤੋਂ ਪੇਪਰ ਭਰਵਾ ਕੇ ਅਤੇ ਨੂਲਾ ਉਸ ਦਾ ਇੱਥੇ ਲੈ ਕੇ ਅਤੇ ਇੱਥੇ ਜਮ੍ਹਾਂ ਕਰਵਾ ਕੇ ਪੇਪਰ ਲੈ ਸਕਦੇ ਆ, ਵੀ ਇੰਡੀਆ ਜਾਣ ਦੀ ਲੋੜ ਨਹੀਂ। ਇਹ ਹਜੇ ਵੇਖੋ ਨਵੀਂ ਸਰਕਾਰ 'ਤੇ ਡਿਪੈਂਡ ਵੀ ਕਿੱਦਾਂ ਕਿਹੜੇ ਕੋਟਾ ਕਿੰਨਾ ਖੋਲ੍ਹਦੀ ਆ। ਅਤੇ ਇੱਕ ਆਪਾਂ ਕੱਲ੍ਹ ਪਰਸੋਂ ਵੀਡੀਓ ਪਾਈ ਸੀ ਜਿਹੜੀ ਵੀ ਆ 20 ਤਰੀਕ ਤੋਂ ਜਿਹੜੀ ਆਪਣੇ ਕੋਲ ਖਬਰ ਆਈ ਸੀਗੀ, ਉਹਦਾ ਹਜੇ ਤੱਕ ਨਿਚੋੜ ਨਹੀਂ ਨਿਕਲਿਆ ਵੀ
ਸੱਚੀ ਆ, ਉਹ ਵੈਸੇ ਲੱਗਦੀ ਤਾਂ ਫੇਕ ਹੀ ਸੀਗੀ, ਆਪਾਂ ਪਹਿਲਾਂ ਨਾਲ ਸ਼ੋਅ ਵੀ ਕੀਤੀ ਸੀ ਤੁਹਾਨੂੰ, ਉਹਦਾ ਸਕਰੀਨਸ਼ਾਟ ਵੀ ਕਈ ਮੇਰੇ ਵੀਰ ਕਹਿੰਦੇ ਸੀ ਭਾਈ ਤੁਸੀਂ ਬੁੱਧੂ ਬਣਾਈ ਜਾਂਦੇ ਆ, ਉਹ ਮੈਂ ਤਾਂ ਹੀ ਸਕਰੀਨਸ਼ਾਟ ਸ਼ੋਅ ਕੀਤਾ ਜਿਹੜਾ ਆਪਣੇ ਕੋਲ ਆਇਆ ਸੀ, ਜਿਹੜੀ ਆਪਣੇ ਕੋਲ ਖਬਰ ਆਉਂਦੀ ਦੋਸਤੋ ਆਪਾਂ ਉੱਦਾਂ ਹੀ ਤੁਹਾਨੂੰ ਸ਼ੋਅ ਕਰੀ ਦੀ ਆ, ਇਹਦੇ 'ਚ ਕੋਈ ਮੈਂ ਕੱਢਣਾ ਨਹੀਂ, ਕੁਛ ਪਾਉਣਾ ਨਹੀਂ ਗਾ ਵੀ ਹਾਂ ਮੈਂ ਪੇਪਰ ਖੋਲ੍ਹ ਕੇ ਅਤੇ ਮੈਂ ਕਮਾਈ ਕਰਨੀ ਹੈ ਜਾਂ ਨਾ ਖੋਲ੍ਹ ਕੇ ਨਾ ਕਰਨੀ ਹੈ ਨਾ। ਅਤੇ ਅੱਗੇ ਬਾਕੀ ਮੇਰੇ ਵੀਰਾਂ ਦੇ ਨਾਂ ਪੜ੍ਹਦਾ ਜਿਹੜੇ ਮੇਨ ਮੇਨ ਕਮੈਂਟ ਜੈਨੂਅਨ ਕਮੈਂਟ ਉਹਨਾਂ ਦੇ ਦਿੰਦਾ ਜਵਾਬ, ਅਤੇ ਰਘਵੀਰ ਸਿੰਘ ਢਿੱਲੋਂ ਇਹ ਵੀਰ ਕੰਟੈਕਟ ਨੰਬਰ ਮੰਗਦੇ ਹੋ ਵੀ ਆਪਣੇ ਪੁਰਾਣੀਆਂ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਭਾਈ ਤੁਹਾਡਾ ਕਿਹੜਾ ਇਲਾਕਾ, ਵੀ ਇੱਥੇ ਵੀਰੇ ਮੈਂ ਲੇਚੇ ਰਹਿਣਾ, ਲਖਵਿੰਦਰ ਜਸਪ੍ਰੀਆ ਬੇਬੀ ਮਣੀ ਬਾਠ ਸੋਨੀ ਕੁਮਾਰ ਹਰਪ੍ਰੀਤ ਰੋਹਨ ਨਵਜੋਤ ਇਹ ਵੀ ਪੁੱਛਦੇ ਭਾਜੀ ਨਵੇਂ ਪੇਪਰ ਕਦੋਂ ਓਪਨ ਹੋਣਗੇ, ਨਵੇਂ ਹੁਣ ਵੀਰੇ ਨਵੀਂ ਸਰਕਾਰ ਵੇਖੋ ਕਦੋਂ ਕੱਢਦੀ ਹੈ ਬਾਇਓਡਾਟਾ, ਕਿਉਂਕਿ ਇਹ ਓਪਨ ਇਹਨਾਂ ਨੇ ਜ਼ਰੂਰ ਕਰਨੇ, ਤੁਹਾਨੂੰ ਪਤਾ ਵੀ ਇਟਲੀ ਦੇ ਪੇਪਰ ਹਰ ਸਾਲ ਹੀ ਓਪਨ ਹੁੰਦੇ ਆ, ਹਰ ਸਾਲ ਹੀ ਇਟਲੀ ਬੰਦੇ ਬੁਲਾਉਂਦਾ, ਇਹਦੇ 'ਚ ਕੋਈ ਸ਼ੱਕ ਨਹੀਂ ਵੀ ਨਹੀਂ ਹੋਣਗੇ। ਅਤੇ ਹੁਣ ਡੇਟ ਤਰੀਕਾਂ ਵੇਖੋ ਕਦੋਂ ਜਾਰੀ ਕਰਦੇ ਆ ਪੇਪਰਾਂ ਦੀਆਂ। ਅਤੇ ਅੱਗੇ ਨਵਜੋਤ ਜਸ਼ਨ ਜਿੰਦ ਜਾਨ ਥੈਂਕ ਯੂ ਸੁਖਵੰਤ ਬਾਈ ਥੈਂਕ ਯੂ ਵੀਰੇ। ਰਾਜਵਿੰਦਰ ਰਾਜਵਿੰਦਰ ਪੁੱਛਦੇ ਆ ਵੀ ਭਾਅ ਜੀ ਮਾਲਕ ਨੂੰ 3 ਪੇਪਰ ਭੇਜੇ ਆ ਪਰ ਫਤੂਰੇ ਨੇ, ਜਿਸ ਵਿੱਚ ਨੂਲਾ ਅਵਸਥਾ ਵੀ ਹੈ ਰਿਜੋ ਮਿਲਿਆ 'ਚ ਹੈ, ਉਹ ਮਾਲਕ ਦੀ ਪੈਕ 'ਤੇ ਭੇਜੇ ਆ, ਉਹਨਾਂ ਨੂਲਾ ਅਵਸਥਾ ਵੈਡ ਹੋਜੂ ਪਲੀਜ਼ ਦੱਸਣਾ। ਇਹ ਸਮਝ ਨਹੀਂ ਆਈ ਰਾਜਵਿੰਦਰ ਜੀ ਤੁਹਾਡੇ ਕਮੈਂਟ ਦੀ, ਦੁਬਾਰਾ ਕਮੈਂਟ ਕਰਿਓ ਆਪਾਂ। ਅਪੁਆਇੰਟਮੈਂਟਾਂ ਤਾਂ ਮੈਂ ਦੱਸ ਹੀ ਚੁੱਕਾ, ਵੀਜ਼ਾ ਇਨਫੋ ਆ ਕੋਈ ਆਪਦਾ ਮੇਰਾ ਵੀਰ ਏਜੈਂਟ ਹੀ ਲੱਗਦਾ। ਚਲੋ ਮਨੂ ਚੰਦੀ ਮਨਪ੍ਰੀਤ ਗੁਰਪ੍ਰੀਤ ਅਤੇ ਹਰਪ੍ਰੀਤ ਕੌਰ ਇੰਜੀ ਪੁੱਛਦੇ ਭਾਅ ਜੀ ਮੇਰਾ ਨੂਲੇ ਉੱਥੇ ਤੋਂ ਕੌਰ ਪਹਿਲਾਂ ਨਹੀਂ ਸੀ, ਹੁਣ ਠੀਕ ਹੋਣਾ ਨੂੰ ਕਿੰਨਾ ਟਾਈਮ ਲੱਗ ਜਾਣਾ ਸਰ ਨੇਮ ਨੂੰ, ਇਹ 15-20 ਦਿਨ 'ਚ ਹੋ ਜਾਂਦਾ ਜੀ ਸਰ ਨੇਮ ਠੀਕ ਹੈ ਜਿਹੜਾ। ਅਤੇ ਕਰਮਜੀਤ ਕੋਮਲ ਸੰਧੂ ਪ੍ਰਦੀਪ ਘਟਨੋਰ ਇਹ ਦੱਸਦੇ ਜੀ ਭਾਜੀ ਬਈ 20-9 ਦੀ ਅਪੁਆਇੰਟਮੈਂਟ ਸੀ ਦਿੱਲੀ, 11-10 ਨੂੰ ਦਿੱਲੀ ਨੇ ਕੋਰੀਅਰ ਸੈਂਡ ਕੀਤਾ, 14 ਨੂੰ ਮਿਲ ਗਿਆ, ਮੁਬਾਰਕਾਂ ਜੀ ਬਹੁਤ ਬਹੁਤ। ਅਤੇ ਪਰਮ ਔਲਖ ਜੀ ਕਹਿੰਦੇ ਆ ਵੀ ਕੋਈ ਵੀਰ ਨਿਊਸ ਏਅਰਲਾਈਨ ਨਾ ਲਿਓ, ਸਰਵਿਸ ਬਹੁਤ ਗੰਦੀ ਹੈ ਇਹਨਾਂ ਦੀ, ਕੋਈ ਫੂਡ ਨਹੀਂ ਦਿੰਦੇ। ਇਹ ਮੈਂ ਪਹਿਲਾਂ ਹੀ ਦੱਸਿਆ ਸੀ, ਇਹ ਜਿਹੜੀ ਨਿਊਸ ਆ ਸਪਾਈਸ ਜੈੱਟ ਆ ਇਹ ਅਨਸਰਦੇ ਨੂੰ, ਮਤਲਬ ਜਿਹੜਾ ਨਹੀਂ ਸਰਦਾ ਐਮਰਜੈਂਸੀ ਆਉਣਾ ਜਾਣਾ ਉਹਨਾਂ ਵਾਸਤੇ ਠੀਕ ਆ, ਵੈਸੇ ਇਹ ਏਅਰਲਾਈਨ ਟਾਈਮ ਪਾਸ ਹੀ ਆ, ਇਹਨਾਂ ਵਿੱਚ ਕੋਈ ਖਾਸ ਸੁੱਖ ਸਹੂਲਤ ਨਹੀਂ ਆਉਂਦੀ। ਜਿੰਨਾ ਤੁਸੀਂ ਮੇਰੇ ਵੀਰਾਂ ਨੇ ਪਹਿਲੀ ਵਾਰੀ ਆਉਣਾ ਅਤੇ ਉਹ ਚੰਗੀ ਏਅਰਲਾਈਨ ਆ, ਉਹ ਇੰਟਰਨੈਸ਼ਨਲ ਏਅਰਲਾਈਨਾਂ ਫੜ ਕੇ ਜਿਵੇਂ ਕਤਰ ਹੋ ਗਈ, ਤਰਕਸ਼ ਹੋ ਗਈ, ਅਤੇ ਇੱਦਾਂ ਦੀਆਂ ਏਅਰਲਾਈਨਾਂ ਬਹੁਤ ਫੈਂਟਾਸਟਿਕ ਏਅਰਲਾਈਨਾਂ ਹੈ। ਗ੍ਰੀਨ ਵਰਲਡ ਇੰਡੀਆ ਭਾਅ ਜੀ ਨਵੇਂ ਖੁੱਲ੍ਹ ਰਹੇ ਪੇਪਰਾਂ 'ਤੇ ਕੱਚਾ ਬੰਦਾ ਪੱਕਾ ਹੋ ਸਕਦਾ, ਨਵੇਂ ਖੁੱਲ੍ਹ ਰਹੇ ਪੇਪਰਾਂ 'ਤੇ ਕੱਚਾ ਬੰਦਾ ਪੱਕਾ ਹੋ ਸਕਦਾ। ਇਹ ਵੀਰੇ ਹੁਣ ਪਤਾ ਕੀ ਹੈ, ਬਾਇਓਡਾਟਾ ਕੱਢੂਗੀ ਜਦੋਂ ਸਰਕਾਰ ਬਈ ਇਹ ਜਿਹੜਾ ਨਵਾਂ ਪੇਪਰਾਂ ਦੇ ਵਿੱਚ ਕੋਟਾ ਕਿੰਨਾ, ਕਿਸ ਤਰ੍ਹਾਂ ਦਾ ਕੋਟਾ ਰੱਖਣਾ, ਅਤੇ ਇਹ ਚਾਂਸ ਹੈਗੇ ਆ ਵੀ ਜਿਹੜੇ ਇੱਥੇ ਕੰਮ ਕਰ ਰਹੇ ਉਹਨਾਂ ਵਾਸਤੇ ਵੀ ਕੋਟਾ ਸਰਕਾਰ ਨੇ ਕੱਢਣਾ, ਜਿਹਦੇ 'ਚ ਪੱਕਾ ਬੰਦਾ ਹੋ ਸਕਦਾ। ਅੱਗੇ ਲਕਸ ਲਾਈਫ ਐਕਸਪੀਰੀਅੰਸ ਥੈਂਕ ਯੂ ਵੀਰੇ ਥੈਂਕ ਯੂ। ਰਾਜਵਿੰਦਰ ਭਾਅ ਜੀ ਰਿਜ਼ਿਓ ਮਿਲੀਆ ਕਿਸੇ ਦਾ ਨੂਲਾ ਅਵਸਥਾ ਆਇਆ ਹੋਵੇ ਤਾਂ ਦੱਸਿਓ, ਕਮੈਂਟ ਕਰਕੇ ਜ਼ਰੂਰ ਦੱਸਿਓ ਵੀਰੇ ਜੇ ਕਿਸੇ ਦਾ ਰਿਜ਼ਿਓ ਮਿਲੀਆ ਦਾ ਨੂਲਾ ਅਵਸਥਾ ਆਇਆ ਹੋਵੇ। ਪਰਮਿੰਦਰ ਮੋਗਾ ਥੈਂਕ ਯੂ ਵੀਰੇ। ਪਲਵਿੰਦਰ ਸਿੰਘ ਭਾਈ ਨਵੇਂ ਪੇਪਰ ਕਦੋਂ ਖੁੱਲ੍ਹੇ ਮੈਂ ਦੱਸ ਹੀ ਚੁੱਕਾ। ਜਨਰਲ ਸਾਹਿਲ ਸੰਦੀਪ ਸਿੰਘ ਸਤਿ ਸ਼੍ਰੀ ਅਕਾਲ। ਪ੍ਰਤੀਕ ਸ਼ਰਮਾ ਰਕੇਸ਼ ਕੰਗ ਅਤੇ ਲਖਵਿੰਦਰ ਸਿੰਘ ਜਸਪ੍ਰੀਤ ਬ੍ਰਦਰ ਕੀ ਹਾਲ ਆ, ਠੀਕ ਆ। ਵੀਰ ਸੁਮਨ ਬਾਈ ਅਪੁਆਇੰਟਮੈਂਟ ਚੁੱਕ ਲਓ, ਹੁਣੇ ਹੁਣੇ ਓਪਨ ਹੋਈ ਹੈ ਇਟਲੀ ਦੀ ਨੂਲੇ ਉਸਤੇ ਫੈਮਿਲੀ। ਹਾਂ ਵੀਰੇ ਇਹ ਸ਼ਨੀਵਾਰ ਸ਼ੁੱਕਰਵਾਰ ਦਾ ਕਮੈਂਟ ਆ ਵੀਰ ਦਾ ਇੱਕ ਦਾ, ਉਦੇ ਸੁਮਨ ਵੀਰ ਨੇ ਆਪਾਂ ਨੂੰ ਫੋਨ 'ਤੇ ਵੀ ਦੱਸਿਆ ਸੀਗਾ ਸਪੈਸ਼ਲ ਜਦੋਂ ਅਪੁਆਇੰਟਮੈਂਟ ਓਪਨ ਹੋਈਆਂ ਸੀ ਸ਼ੁੱਕਰਵਾਰ ਨੂੰ, ਅਤੇ ਬਹੁਤ ਬਹੁਤ ਥੈਂਕ ਯੂ ਵੀਰੇ। ਸਤਨਾਮ ਪੂਣੀਆ ਭਾਜੀ ਇਟਲੀ ਵਾਲੇ ਰਿਪੋਰਟ ਤਾਂ ਨਹੀਂ ਕਰਦੇ? ਨਹੀਂ ਨਹੀਂ ਵੀਰੇ ਡਰ ਦੀ ਲੋੜ ਨਹੀਂ, ਕਿਤੇ ਨਹੀਂ ਰਿਪੋਰਟ ਕਰਦੇ, ਬਸ ਤੁਸੀਂ ਆਪਦਾ ਕੰਮ ਕਰੋ ਇਟਲੀ ਦੇ ਵਿੱਚ ਟੈਕ ਕੇ,
ਅਤੇ ਡਿਪੋਰਟ ਵਗੈਰਾ ਕੋਈ ਚੱਕਰ ਨਹੀਂ ਗਾ, ਬਾਕੀ ਕ੍ਰਾਈਮ ਨਾ ਕਰੋ, ਜਿੱਥੇ ਜਿਹਨੇ ਕ੍ਰਾਈਮ ਕੀਤਾ ਅਤੇ ਉਹਨੂੰ ਡਿਪੋਰਟ ਹੋਣ ਦਾ ਖਤਰਾ ਹੁੰਦਾ ਬਾਕੀਆਂ ਨੂੰ ਨਹੀਂ। ਲਖਵਿੰਦਰ ਸਿੰਘ, ਕਰਮਜੀਤ ਸਿੰਘ, ਜਤਿੰਦਰ ਗਿੱਲ, ਹਰਪ੍ਰੀਤ ਅਟਵਾਲ, ਪ੍ਰਿੰਸ ਮੱਲੀ। ਪ੍ਰਿੰਸ ਮੱਲੀ ਲਿਖਦੇ ਆ ਬਈ ਵੀਰ ਮੇਰੇ ਐਂਟਰੀ ਦਾ ਵੀਜ਼ਾ, ਉਹਦਾ ਕੋਈ ਹੱਲ ਦੱਸ ਦਿਓ। ਐਂਟਰੀ ਦਾ ਵੀਜ਼ਾ ਮੈਂ ਪਹਿਲਾਂ ਵੀ ਦੱਸਿਆ ਤਕਰੀਬਨ, ਐਂਟਰੀ ਦੇ ਵੀਜ਼ੇ ਦੇ ਕੋਈ ਹੱਲ ਨਹੀਂ ਹੋ ਸਕਦਾ, ਕਿਉਂਕਿ ਐਂਟਰੀ ਤੁਹਾਡੀ ਇੱਥੇ ਕਰਾ ਦਿੰਦੇ ਆ ਇੱਕ ਵਾਰੀ 9 ਮਹੀਨੇ ਵਾਲੇ ਪੇਪਰਾਂ 'ਤੇ ਜਾਂ ਸਾਲ ਵਾਲੇ ਪੇਪਰਾਂ 'ਤੇ, ਉਸ ਤੋਂ ਬਾਅਦ ਤੁਹਾਡੀ ਕਿੱਟ ਜਮ੍ਹਾਂ ਨਹੀਂ ਹੁੰਦੀਗੀ ਅਤੇ ਬਸ ਤੁਸੀਂ ਤਕਰੀਬਨ ਕੱਚਿਆਂ ਦੇ ਵਿੱਚ ਹੀ ਆ ਸਕਦੇ ਆ। ਹੁਣ ਤਾਂ ਜਦੋਂ ਕੋਈ ਸੈਨਾਟੋਰੀਆ ਵਗੈਰਾ ਖੁੱਲੂਗਾ ਇੱਥੋਂ ਵਾਲੇ ਵੀਰਾਂ ਵਾਸਤੇ, ਫਿਰ ਵੀ ਤੁਸੀਂ ਪੱਕੇ ਹੋ ਸਕਦੇ ਆ, ਫਿਰ ਅਪਲਾਈ ਕਰ ਦਿਓ। ਜੇ ਨਵੀਂ ਇਮੀਗ੍ਰੇਸ਼ਨ ਜਦੋਂ ਖੁੱਲੀ ਤਾਂ ਉਦੋਂ ਆਪਣਾ ਵੇਖ ਲਿਓ ਜੇ ਕੋਟਾ ਹੋਇਆ ਤਾਂ। ਬਾਕੀ ਕਈ ਏਜੰਟ ਕਰਦੇ ਇੱਦਾਂ ਵੀ ਐਂਟਰੀ ਕਰਵਾਉਂਦੇ ਅਗਲੀ 9 ਮਹੀਨੇ ਵਾਲਿਆਂ 'ਤੇ, ਬਸ ਮਤਲਬ ਉਹ 'ਚ ਕਿੱਟ ਨਹੀਂ ਜਮ੍ਹਾਂ ਹੁੰਦੀ, ਉਹ 'ਚ ਤੁਸੀਂ ਇਲੀਗਲ ਹੋ ਜਾਂਦੇ ਆ, ਕੱਚੇ ਹੋ ਜਾਂਦੇ ਆ, ਠੀਕ ਆ। ਇੱਦਾਂ ਨਾ ਕਰਿਆ ਕਰੋ, 1 ਲੱਖ ਰੁਪਇਆ ਵੱਧ ਦੇ ਦਿਆ ਕਰੋ ਉਹਨੂੰ, ਕਦੇ ਸਾਡੀ ਕਿੱਟ ਜਮ੍ਹਾਂ ਕਰਾ ਕੇ ਅਤੇ ਸਾਡੇ ਫਿੰਗਰ ਵਗੈਰਾ ਕਰਾ ਕੇ ਸਾਨੂੰ ਪਹਿਲੀ ਸਜੋਰਨ ਦੋਨ ਤੱਕ ਦੀ ਗੱਲ ਕਰਿਆ ਕਰੋ, ਨਾ ਕਿ ਇਕੱਲੀ ਐਂਟਰੀ ਦੀ, ਕਿਉਂਕਿ ਕਈ ਵਾਰੀ ਵੀ ਕਹਿੰਦੇ ਵੀ ਸਾਡੀ ਐਂਟਰੀ ਕਰਾ ਦੇ, ਅਸੀਂ ਫਿਰ ਦੇਖ ਲਾਂਗੇ ਕੰਮ ਕਰ ਲੱਭ ਲਾਂਗੇ, ਬਹੁਤ ਔਖਾ ਹੋ ਜਾਂਦਾ ਬਾਅਦ 'ਚ। ਅੱਗੇ ਅਗਰ ਦੀਪਕ, ਕਰਮਜੀਤ, ਸੋਨੋ ਬਖਸ਼ੀ, ਕੌਰ, ਮਲਕੀਤ, ਦਪਿੰਦਰ ਥੈਂਦ, ਇੰਡੀਆ ਤੋਂ ਯੂਰਪ, ਫੈਸ਼ਨ ਪੁਆਇੰਟ, ਅਮਨਦੀਪ ਖਹਿਰਾ, ਰਣਜੀਤ ਸਿੰਘ, ਅਮਨਦੀਪ ਖਹਿਰਾ, ਬੜੈਚ, ਬੜੈਚ ਸਾਹਿਬ, ਸਰਬਜੀਤ, ਮਣੀ ਭਾਰਦਵਾਜ। ਭਾਅ ਜੀ ਮੇਰੀ ਫਾਈਲ 7 ਅਕਤੂਬਰ ਨੂੰ ਸਬਮਿਟ ਹੋਈ ਹੈ, ਮੈਨੂੰ ਫੋਨ 'ਤੇ ਮੈਸੇਜ ਆ ਗਿਆ ਸੀ ਕਿ ਫਿਰ ਐਮਐਸਸੀ ਫੋਰਵਰਡ ਕਰ ਦਿੱਤੀ ਹੈ, ਪਰ ਟਰੈਕ ਨੰਬਰ ਸਰਚ ਕਰਦਾ ਜਦੋਂ ਉਦੋਂ ਨੋ ਰਿਕਾਰਡ ਫੋਨ ਆਉਂਦਾ। ਇੱਥੇ ਵੀ ਪਤਾ ਕੀ ਉਹਦੇ 'ਤੇ ਇੱਕ ਟਰੈਕਿੰਗ ਹੁੰਦਾ, ਇਟਲੀ ਵੀਜ਼ਾ ਟਰੈਕਿੰਗ ਵੈਬਸਾਈਟ ਉੱਤੇ ਜਾ ਕੇ ਉਹਦੇ 'ਤੇ ਤੁਸੀਂ ਸਰਚ ਕਰਿਆ ਕਰੋ, ਉਹਦੇ 'ਤੇ ਡੇਟ ਆਫ ਬਰਥ ਵਗੈਰਾ ਭਰ ਕੇ ਸਰਚ ਹੁੰਦੀ ਆ, ਉਹਦੇ ਤੋਂ ਸਰਚ ਹੋਊਗਾ ਜੇ ਤੁਸੀਂ ਟਰੈਕ ਕਰਨਾ ਆਪਦੀ ਫਾਈਲ। ਬਾਕੀ ਰਾਜਨ, ਨਵੀ, ਪਾਨੂ, ਮਲਕੀਤ, ਸਚਿਨ, ਕਮੈਂਟ ਤਾਂ ਬਹੁਤ ਤੁਸੀਂ ਕੁਛ ਕੋਈ ਦੱਸ ਰਹੇ ਹੋ, ਅਮਨਦੀਪ ਖਹਿਰਾ, ਹੈਪੀ ਗਿੱਲ, ਕਿਉਂਕਿ ਕਮੈਂਟ ਇਸ ਹਿਸਾਬ ਨਾਲ ਕਮੈਂਟਾਂ ਦੇ ਵਿੱਚ ਹੀ ਆਪਣੇ ਵੀਰ ਚੈਟਿੰਗ ਚੈਟਿੰਗ ਹੀ ਚੱਲ ਪੈਂਦੀ ਕਮੈਂਟਾਂ ਦੇ ਵਿੱਚ, ਉਹ ਫਿਰ ਸਾਰੇ ਖੋਲ੍ਹ ਕੇ ਵੇਖੀ ਜਾਂਦੇ ਆ, ਕਿ ਕਮੈਂਟ ਦੇ 50-50 ਵੀਰਾਂ ਦੇ ਕੀਤੇ ਵੇ ਆ। ਚਲੋ ਵਧੀਆ, ਇਹਦੇ ਨਾਲ ਜਾਣਕਾਰੀ ਇੱਕ ਦੂਜੇ ਨੂੰ ਸਾਰਾ ਪਤਾ ਲੱਗਦਾ ਰਹਿੰਦਾ, ਅਤੇ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਕਮੈਂਟ ਕੀਤੇ ਆ। ਬਾਕੀ ਇਹੀ ਸੀਗੇ ਆਪਾਂ ਨੇ ਮੇਨ ਮੇਨ, ਬਾਕੀ ਸਾਰੇ ਤਾਂ ਪੜ੍ਹੇ ਨਹੀਂ ਗਏ, ਸਾਰੇ ਵੀਰਾਂ ਦੇ ਨਾਮ ਪੜ੍ਹੇ, ਨਾਮ ਨਹੀਂ ਪੜ੍ਹੇ ਗਏ, ਜੋ ਨਾਮ ਪੜ੍ਹਨ ਲੱਗ ਜਾਂ 2-2.5 ਘੰਟੇ ਦੀ ਵੀਡੀਓ ਇਹ ਤਕਰੀਬਨ ਬਣ ਹੀ ਜਾਣੀ ਹੈ। ਅਤੇ ਬਾਕੀ ਹੋਰ ਕੋਈ ਹਜੇ ਅਪਡੇਟ ਨਹੀਂ ਆ ਰਹੀ ਅੰਬੈਸੀ ਤੋਂ, ਜਿਹੜੇ ਨੂਲੇ ਉਸ 'ਤੇ ਨੂਲੇ ਵਾਸਤੇ ਆਪਾਂ ਦੱਸ ਹੀ ਦਿੱਤੇ ਸੀਗੇ ਵੀ ਨਾ ਪੋਲੀ ਤੋਂ ਜਿਹੜੇ ਸਾਲ ਵਾਲੇ 3 ਨਿਕਲੇ ਆ ਪਿਛਲੇ ਸ਼ੁੱਕਰ ਵੀਰ ਸ਼ੁੱਕਰਵਾਰ ਦੀ ਗੱਲ ਆ, 1 ਦਾ ਟਾਈਮਿੰਗ ਸੀਗਾ 9 ਵੱਜ ਕੇ ਅਤੇ 5 ਸੈਕਿੰਡ ਦਾ, ਅਤੇ ਬਾਕੀ ਜਿਹੜੇ ਹੋਰ ਏਰੀਏ ਤੋਂ ਵੀ ਨਿਕਲ ਰਹੇ ਆ ਉਹ ਆਪਾਂ ਨੂੰ ਹਜੇ ਅਪਡੇਟ ਆਉਂਦੀ ਨਹੀਂ ਗੀ ਆਪਣੇ ਕੋਲ, ਜਿੰਨੀ ਕੁ ਆਉਂਦੀ ਆਪਾਂ ਉਨੀ ਕੁ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਹਾਂ। ਅਤੇ ਬਾਕੀ ਇਹੀ ਸੀ ਅੱਜ ਦੀ ਵੀਡੀਓ, ਬਾਕੀ ਅਪੁਆਇੰਟਮੈਂਟਾਂ ਦੇ ਅਪੁਆਇੰਟਮੈਂਟਾਂ ਦਾ ਕੋਈ ਟੈਨਸ਼ਨ ਨਾ ਲਿਆ ਕਰੋ, ਅਪੁਆਇੰਟਮੈਂਟਾਂ ਖੁੱਲ੍ਹ ਹੀ ਜਾਣਗੀਆਂ, ਅਪੁਆਇੰਟਮੈਂਟਾਂ ਦੇ ਕੋਈ ਇਹਨਾਂ ਦਾ ਟੈਕਨੀਕਲ ਫਾਲਟ ਆ ਜਿਹਦੇ ਕਰਕੇ ਕੱਲ੍ਹ ਪੇਮੈਂਟ ਵੀ ਕੈਂਸਲ ਹੋ ਰਹੀ ਸੀ ਪਰਸੋਂ, ਅਤੇ ਹੁਣ ਵੇਖਦੇ ਹਾਂ ਸੋਮਵਾਰ ਨੂੰ। ਅਤੇ ਇਹੀ ਸੀ ਦੋਸਤੋ ਅੱਜ ਦੀ ਨਵੀਂ ਤਾਜ਼ੀ ਵੀਡੀਓ, ਇੱਕ ਵਲੋਗ ਵੀ ਆਪਣਾ ਆ ਰਿਹਾ ਵਲੋਗ ਚੈਨਲ 'ਤੇ ਇਟਾਲੀਅਨ ਵਲੋਗਰ 'ਤੇ, ਨਵਾਂ ਵਲੋਗ ਵੀ ਆ ਰਿਹਾ, ਅਤੇ ਇੱਕ ਇਹਦੇ ਨਾਲ ਹੀ ਆਪਾਂ ਜਿਹੜੀ ਇੱਕ ਹੋਰ ਵੀਡੀਓ ਅੱਜ ਸੁਬਾਹ ਸਾਂਝੀ ਕੀਤੀ ਆ, ਉਹ ਇਟਲੀ ਵਾਲੇ ਵੀਰਾਂ ਵਾਸਤੇ ਸਪੈਸ਼ਲ ਆ, ਜਿਹੜੇ ਮੇਰੇ ਵੀਰ ਇੱਥੇ ਆ ਕੇ ਆਪਦਾ ਕੰਮ ਦਾ ਕੰਟਰੈਕਟ ਕੰਤਰਾਤੋ ਚਲਾਉਂਦੇ ਆ, ਕੰਤਰਾਤੋ ਕਿਵੇਂ ਪੜ੍ਹਨਾ ਉਹ ਮੈਂ ਪਹਿਲੀ ਵੀਡੀਓ 'ਚ ਸ਼ੇਅਰ ਕੀਤਾ, ਜਿਹਨੇ ਨਹੀਂ ਵੇਖਿਆ ਉਹ ਸਪੈਸ਼ਲ ਇਟਲੀ ਵਾਲੇ ਵੀਰਾਂ ਵਾਸਤੇ, ਜਿਹੜੇ ਇਹਨਾਂ ਨੂੰ ਨਹੀਂ ਪਤਾ ਵੀ ਕੰਤਰਾਤੋ ਕਿਵੇਂ ਪੜ੍ਹਨਾ, ਕੀ ਲਿਖਿਆ ਹੁੰਦਾ ਕਿਵੇਂ ਨਹੀਂ, ਉਹ ਤੁਸੀਂ ਵੇਖ ਸਕਦੇ ਹੋ। ਬਾਕੀ ਮਿਲਦੇ ਹਾਂ ਦੋਸਤੋ ਆਪਾਂ ਅਗਲੀ ਵੀਡੀਓ 'ਚ ਅਗਲੀ ਜਾਣਕਾਰੀ ਦੇ ਨਾਲ, ਜੇ ਵੀਡੀਓ ਚੰਗੀ ਲੱਗੀ ਇੱਕ ਵਾਰੀ ਲਾਈਕ ਜ਼ਰੂਰ ਕਰ ਦਿਆ ਕਰੋ ਤਾਂ ਕਿ ਹੌਸਲਾ ਵੱਧ ਜਾਂਦਾ ਬੰਦੇ ਦਾ। ਓਕੇ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।